जनाबे अली आल पाकिस्तान शौक शिकार मेरे प्यारे भाई प्यारे पाकिस्तानी और पूरी दुनिया च शिकारी हजरात सारिआं नूं अस्सलाम वालेकुम। की हाल है मेरे भाइयों का, ठीक ठाक हो? जनाबे अली मैं हाजिर हाँ थोड़ा अपना जाती यूट्यूब चैनल असद गिलानी टीवी चैनल की तरफों हाजिर हाँ। जिहड़े बेलियां ने असद गिलानी टीवी चैनल सबसक्राइब किया उन्हां भाइयों का बहुत शुक्रिया। जिहड़े भाई नए देख रहे यूट्यूब चैनल असद गिलानी मेहरबानी सबसक्राइब करो, बैल आइकन दबाओ। डेली रोज़ाना बहुत अच्छा अच्छा प्रोग्राम शौक शिकार का मिलेगा। अज मैं एक बहुत ही बड़े शिकारी भाई का शौक शिकार लेके आया, अजीम शिकारी। सारे ही शिकारी अजीम है, लेकिन चौधरी तनवीर कलर सईदा बानी आल पाकिस्तान पटवार फ्रेंड ग्रुप सोना ज़िला रावलपिंडी हाल मुकीम यूके माछियां वाले कुत्ते दे मालिक बिलियो अनकरीब माछियां वाले का भी प्रोग्राम आएगा, 9 मैच विनर जियो चौधरी तनवीर रईस आजम कलर सईदा। क्या बात है प्यारा भाई, आल पाकिस्तान पटवार फ्रेंड ग्रुप दे सदर राजा अमजद जरजाना ऑफ कडारी, बहुत प्यारे वीर राजा तलत भाई फखरे कलर सईदा, राजा नजीब भाई फखरे कलर सईदा, सोना वीर राजा शहजाद भाई पंजाब पुलिस, जनाबे अली राजा मुदसर मिठू भाई टकाल आले पावर कुत्ते दे मालिक, मलिक मान भाई तहसील खारियां सोना ज़िला गुजरात, जनाबे अली चौधरी तनवीर भाई मोहतरम रईस आजम कलर सईदा, उन्हां दा जाती कुत्ता पटोला जूनियर। क्या बात है जी, पटोला जूनियर दा कद 31 इंच, इस टाइम उम्र तकरीबन 6 साल, ते कुत्ते दा नां पटोला 2 जूनियर। क्या बात है बेलियो, टोटल 6 मैच लड़िया, 6 मुकाबले कीते, 6 ही विन कीते। बेलियो तो सजणों अगर कोई जानवर मुकाबला बराबर भी करता है ना 20 मिंटां ते, वह भी जितया है, वह हारिया नहीं, उहदी जित है। जिहड़ा जोर बराबर होएगा दोनों कुत्ते जित गए, नंबर तो नहीं ना दिता, अपनी नस्ल ते अपने मालक की सांभ ते उन्होंने पूरा मुकाबला किया। चौधरी तनवीर भाई दे कोल आके पटोला जूनियर ने 3 मैच लड़े, बहुत अच्छे 3 मुकाबले, 3 भेड़ियां 3 तमाशे। जनाबे अली चौधरी तनवीर भाई मौजूदा बुलेट प्रूफ दे मालिक,
ਔਰ ਸੁਪਰ ਦੇ ਮਾਲਿਕ, ਸਾਬਕਾ ਮਾਛੀਆਂ ਵਾਲੇ ਦੇ ਮਾਲਿਕ, ਅੱਜ ਆ ਗਿਆ ਚੌਧਰੀ ਤਨਵੀਰ ਕਲਰ ਸਜਦਾਂ ਵਾਲਾ ਆਪਣਾ ਜ਼ਾਤੀ ਕੁੱਤਾ ਲੈ ਕੇ ਪਟੋਲਾ ਜੂਨੀਅਰ। ਪਹਿਲਾ ਮੈਚ ਬਾ ਮੁਕਾਬਲਾ ਆਲ ਪਾਕਿਸਤਾਨ ਪਾਕ ਲਾਹੌਰ ਗਰੁੱਪ, ਇਲਾਕਾ ਮੰਡੀ ਬਹਾਉਦੀਨ। ਬਾ ਮੁਕਾਬਲਾ ਚੌਧਰੀ ਅਸ਼ਫਾਕ ਭੱਟ ਸਾਹਿਬ ਮਰਹੂਮ, ਅੱਲਾਹ ਤਾਲਾ ਭਾਈ ਨੂੰ ਜੰਨਤ ਆਲਾ ਮੁਕਾਮ ਅਤਾ ਫਰਮਾਏ। ਪਹਿਲਵਾਨ ਸੋਹਣਾ ਵੀਰ, ਬਹੁਤ ਬੜੇ ਦਿਲ ਦਾ ਮਾਲਕ ਸੀ, ਜਨਾਬੇ ਅਲੀ ਪਟੋਲਾ ਜੂਨੀਅਰ ਚੌਧਰੀ ਅਸ਼ਫਾਕ ਭੱਟ ਸਾਹਿਬ ਵਾਲੇ ਬਾਲਮ ਦੇ ਬੱਚੇ ਨਾ, ਰੱਤਾ ਬਾਲਮ ਦਾ ਬੱਚਾ ਗੋਲਡਨ, ਉਹਦੇ ਨਾਲ 20 ਮਿੰਟ ਲੜ ਕੇ ਬਰਾਬਰ ਹੋਇਆ ਜੀ। ਚੌਧਰੀ ਤਨਵੀਰ ਕਲਰ ਸਜਦਾਂ ਹਾਲ ਮੁਕੀਮ UK ਇੰਗਲੈਂਡ, ਉਹਨਾਂ ਦੇ ਕੋਲ ਆ ਕੇ ਪਹਿਲਾ ਮੈਚ 20 ਮਿੰਟ ਲੜ ਕੇ ਬਰਾਬਰ। ਦਾ ਮੁਕਾਬਲਾ ਪਾਕ ਲਾਹੌਰ ਗਰੁੱਪ ਸਦਰ ਬਾਬੂ ਅਮਜਦ ਭੱਟ ਸਾਹਿਬ। ਮੈਚ ਨੰਬਰ 2 ਆਲ ਪਾਕਿਸਤਾਨ ਪਾਕ ਸਟਾਰ ਸਿਆਲਕੋਟ ਗਰੁੱਪ, ਮਲਿਕ ਅਸ਼ਫਾਕ ਖੋਖਰ ਭਾਈ। ਉੱਥੇ 5 ਮਿੰਟਾਂ 'ਚ ਪਟੋਲਾ ਜੂਨੀਅਰ ਜਿੱਤ ਗਿਆ ਸੀ ਜੀ। ਮੁਕਾਬਲਾ 5 ਮਿੰਟਾਂ 'ਚ ਜਿੱਤ ਗਿਆ ਪਟੋਲਾ ਜੂਨੀਅਰ। ਦੂਸਰਾ ਮੈਚ, ਇਹ ਮੈਚ ਵੀ ਹੋਇਆ ਸੀ ਮੰਡੀ ਬਹਾਉਦੀਨ। ਜਨਾਬੇ ਅਲੀ ਮੈਚ ਨੰਬਰ 3 ਪਾਕ ਲਾਜਵਾਬ ਫਰੈਂਡ ਗਰੁੱਪ, ਉੱਥੇ ਜਨਾਬ ਬਾ ਮੁਕਾਬਲਾ ਆਮਰ ਖਾਨ ਆਫ ਟੈਕਸਲਾ, ਉਹਨਾਂ ਦਾ ਰੱਤਾ ਡੱਬਾ ਕੁੱਤਾ ਸੀ ਜਿਹੜਾ ਲੱਗਿਆ ਸੀ ਪਟੋਲਾ ਜੂਨੀਅਰ ਨਾਲ। 13 ਮਿੰਟਾਂ 'ਤੇ ਜਾ ਕੇ ਪਟੋਲਾ ਜੂਨੀਅਰ ਮੁਕਾਬਲਾ ਜਿੱਤ ਗਿਆ। ਆਮਰ ਖਾਨ ਆਫ ਟੈਕਸਲਾ ਭਾਈ ਦਾ ਕੁੱਤਾ ਬਹੁਤ ਅੱਛਾ ਸੀ, ਅੱਛਾ ਹੀ 13 ਮਿੰਟ ਲੜਿਆ ਨਾ ਜੀ, ਅਤੇ ਜੂਨੀਅਰ ਪਟੋਲਾ ਜਿੱਤ ਗਿਆ 13 ਮਿੰਟਾਂ ਬਾਅਦ। ਤੀਸਰਾ ਮੈਚ ਆਪਣੀ ਲਾਈਫ ਦਾ 6ਵਾਂ ਮੈਚ, ਪਹਿਲੇ 3 ਮੈਚ ਲੜਾਇਆ ਜਨਾਬ ਨਦੀਮ ਭਾਈ ਆਫ ਜੇਲਮ, ਉਹਨਾਂ ਨੇ ਆਪਣਾ ਸ਼ੌਕ ਸ਼ਿਕਾਰ ਬਹੁਤ ਅੱਛਾ ਕੀਤਾ, ਨਦੀਮ ਭਾਈ ਆਫ ਜੇਲਮ। ਉਹਨਾਂ ਨੇ ਫਿਰ ਇਹ ਕੁੱਤਾ ਚੌਧਰੀ ਤਨਵੀਰ ਭਾਈ ਨੂੰ ਸੇਲ ਕਰਤਾ ਸੀ। ਕਿਆ ਬਾਤ ਹੈ, ਪਟੋਲਾ ਜੂਨੀਅਰ ਬਹੁਤ ਚੰਗਾ ਜਾਨਵਰ, ਬੇਲੀਓ ਗੱਲਾਂ ਮੁੱਕਦੀਆਂ ਆ ਕੇ ਸਾਂਭ 'ਤੇ, ਉਹਨੂੰ ਦਿਲ ਨਾ ਬੰਦਾ ਸਾਂਭਦਾ ਜਿਹੜੀ ਚੰਗੀ ਚੀਜ਼ ਹੋਵੇ, ਜਿਹਦੇ ਰਿਕਾਰਡ ਬਹੁਤ ਅੱਛੇ ਹੋਣ, ਜਿਹੜਾ ਮੈਰਿਟ 'ਤੇ ਪੂਰਾ ਆਏ, ਜਿਹਦੀਆਂ ਕੁਆਲਿਟੀਆਂ ਕਾਰਕਰਦਗੀਆਂ ਬਹੁਤ ਅੱਛੀਆਂ ਹੋਣ। 6 ਮੈਚ ਮੂੰਹ ਨਾ ਕਹਿਣ ਬੇਲੀਓ। ਮਿਰਜ਼ਾ ਨਦੀਮ ਭਾਈ ਆਫ ਜੇਲਮ 3 ਮੈਚ ਉਹਨਾਂ ਨੇ ਲੜਾਇਆ, ਅਤੇ 3 ਮੈਚ ਚੌਧਰੀ ਤਨਵੀਰ ਆਫ ਕਲਰ ਸਜਦਾਂ ਹਾਲ ਮੁਕੀਮ UK ਇੰਗਲੈਂਡ। ਕਿਆ ਬਾਤ ਹੈ, ਬਹੁਤ ਪਿਆਰਾ ਭਾਈ, ਬੇਲੀਓ ਮਜ਼ੇਦਾਰ ਬਾਡੀ, 31 ਇੰਚ, ਬਹੁਤ ਬੜਾ ਮੂੰਹ, ਬੜਾ ਬੜੀ ਕੰਡ ਢੋਈ। ਕਿਆ ਬਾਤ ਹੈ ਜੀ, ਅੰਗ ਪੈਰ ਮੂੰਹ ਮੱਥਾ, ਕਿਆ ਬਾਤ ਹੈ। ਆਓ ਦੇਖੋ ਵੀਡੀਓ, ਪਟੋਲਾ ਜੂਨੀਅਰ ਦੀ ਵੀਡੀਓ ਦੇਖੋ, ਆ ਕੇ ਦੱਸਾਂਗਾ ਬਲੱਡ ਲੈਨ, ਅਤੇ ਉਸ ਸਾਈਡ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਪਟੋਲਾ ਜੂਨੀਅਰ ਕਿਉਂ ਕਿਹਾ ਜਾ ਰਿਹਾ। ਬੇਲੀਓ ਪਿਆਰੇ ਭਾਈਓ,
ਆਓ ਦੇਖੋ ਪਟੋਲਾ ਜੂਨੀਅਰ ਦੀ ਵੀਡੀਓ। ਜਨਾਬੇ ਅਲੀ, ਪਿਆਰੇ ਭਾਈ, ਸ਼ਿਕਾਰੀ ਭਾਈ, ਮੋਹਤਰਮ, ਆਲ ਵਰਲਡ ਸ਼ਿਕਾਰ ਨਾਲ ਤਲਕ ਰੱਖਣ ਵਾਲੇ ਬੇਲੀ, ਤੁਹਾਡੇ ਨਾਲ ਵਾਅਦਾ ਕੀਤਾ ਸੀ ਜੀ ਕਿ ਕੱਲ੍ਹ ਜੂਨੀਅਰ ਪਟੋਲੇ ਦਾ ਪ੍ਰੋਗਰਾਮ ਆਏਗਾ। ਜਨਾਬੇ ਅਲੀ, ਜੂਨੀਅਰ ਪਟੋਲੇ ਦਾ ਪ੍ਰੋਗਰਾਮ ਹਾਜ਼ਰੇ ਖਿਦਮਤ ਹੈ। ਕੱਲ੍ਹ ਕੋਸ਼ਿਸ਼ ਕਰਾਂਗਾ ਜੀ, ਟੋਕਾ ਉਸ ਦੇ ਮਾਲਕ ਚੌਧਰੀ ਸ਼ਾਨੀ ਮੀਰਵਾਲ, ਰਾਜਾ ਨਾਤਕ ਭਾਈ, ਬਾ ਮੁਕਾਬਲਾ ਪਾਵਰ ਉਸ ਦੇ ਮਾਲਕ ਚੌਧਰੀ ਅਖਤਰ ਭਾਈ, ਚੌਧਰੀ ਮਾਨ ਭਾਈ, ਸਰਦਾਰ ਜੀ ਸ਼ਹਿਜ਼ਾਦ ਬਵਮਜਦ ਭੱਟ ਸਾਹਿਬ, ਕੱਲ੍ਹ ਉਹਨਾਂ ਦਾ ਅੱਛਾ ਵਾਲਾ ਪ੍ਰੋਗਰਾਮ ਭਾਈਆਂ ਨੂੰ ਫਿਕਸ ਜੋੜ ਦਾ ਪੇਸ਼ ਕਰਾਂਗਾ ਕੱਲ੍ਹ। ਬੇਲੀਓ, ਤਹਿਸੀਲਦਾਰ ਅਦਨਾਨ ਕਿਆਨੀ ਸਾਹਿਬ, ਕਿਆ ਬਾਤ ਹੈ ਜੀ, ਉਹਨਾਂ ਦਾ ਜਿਹੜਾ ਪਟੋਲਾ ਸੀ 15-14, 15-16 ਮੈਚ ਲੜਿਆ ਸੀ, ਸਿਰ ਨਾ ਉਸਦਾ ਬੱਚਾ ਪਟੋਲਾ ਜੂਨੀਅਰ ਚੌਧਰੀ ਤਨਵੀਰ ਆਫ ਕਲਰ ਸ਼ਹੀਦਾਂ ਵਾਲਾ, ਪਟੋਲਾ ਜੂਨੀਅਰ ਬੜੇ ਪਟੋਲੇ ਦਾ ਸਿਰ ਨਾ ਬੱਚਾ, ਕਿਆ ਬਾਤ ਹੈ ਜੀ। ਮਾਂ ਸਾਈਡ ਖਿੱਚੀਆਂ ਵਾਲੀ ਕੁੱਤੀ ਸੀ ਜੀ, ਬਹੁਤ ਬੜੀ ਬਲੱਡ ਲੈਣ ਦੀ ਮਾਲਕ ਸੀ ਉਸ ਉਹ ਕੁੱਤੀ, ਖਿੱਚੀਆਂ ਵਾਲੀ ਕੁੱਤੀ ਦਾ ਬੱਚਾ ਜੀ, ਅਤੇ ਅਦਨਾਨ ਕਿਆਨੀ ਸਾਹਿਬ, ਤਹਿਸੀਲਦਾਰ ਸਾਹਿਬ, ਪਿਆਰੇ ਭਾਈ ਜਾਨ, ਉਹਨਾਂ ਦੇ ਬਿਗ ਪਟੋਲੇ ਦਾ ਬੱਚਾ ਜੀ, ਪਟੋਲਾ ਜੂਨੀਅਰ। ਮੇਰੇ ਬੇਲੀਆਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਏਗਾ। ਅਗਲੀ ਵੀਡੀਓ ਤੱਕ ਇਜਾਜ਼ਤ। ਸੱਜਣੋ ਤਾਂ ਬੇਲੀਓ, ਗੱਲ ਫਿਰ ਮੈਂ ਉਹੀ ਕਰਾਂਗਾ, ਚੰਗੀ ਨਸਲ, ਚੰਗੀ ਤਿਆਰੀ, ਚੰਗੀ ਖੁਰਾਕ। ਅੱਜ ਕੱਲ੍ਹ ਸਵੇਰ ਨੂੰ ਕੋਈ ਕਿਲੋ ਡੇਢ ਕਿਲੋ ਦਹੀਂ ਲੈ ਕੇ ਉਹਨੂੰ ਮਲਮਲ ਦੇ ਕੱਪੜੇ 'ਚ ਦਹੀਂ ਨੂੰ ਪਾ ਕੇ ਤਾਂ ਬੰਨ ਦਿਆ ਕਰੋ, ਕਿਸੇ ਦਰਖਤ ਨਾ, ਕਿਸੇ ਤਾਰ ਨਾ, ਕਿਸੇ ਕਿੱਲ ਨਾ, ਉਹ ਪਾਣੀ 2 ਘੰਟਿਆਂ ਦੇ ਵਿੱਚ ਜਿਹੜਾ ਦਹੀਂ 'ਚੋਂ ਲੱਸੀ ਹੈ ਉਹ ਨਿਕਲ ਜਾਏਗੀ, ਪਿੱਛੇ ਰਹਿ ਜਾਏਗਾ ਪਨੀਰ, ਜਿਹੜਾ ਪਨੀਰ ਬੱਜਿਆ ਉਹਦੇ 'ਚ ਬਦਾਮ ਮੁਰੱਬੇ ਚੰਗੀ ਤਰ੍ਹਾਂ ਕੁੱਟ ਕੇ 2-4 ਐਡੇ ਐਡੇ ਪਿੰਨੇ ਬਣਾ ਕੇ ਕੁੱਤੇ ਨੂੰ ਦਿਓ, ਅੱਸੂ ਆ ਰਿਹਾ, ਦੇਸੀ ਘਿਓ ਅੱਸੂ 'ਚ ਦਿਆਂਗੇ, ਦੇਖਣਾ ਰੰਗ ਬਦਲਦੇ, ਦੇਖਣਾ ਕੁੱਤਾ ਮੂੰਹ ਮੀਟ ਕੇ ਦੌੜਦਾ, ਹੌਂਕੇਗਾ ਨਹੀਂ, ਸਾਹ ਨਹੀਂ ਚੜੇਗਾ। ਅੱਜ ਬੇਲੀਆਂ ਲਈ ਪਨੀਰ ਦਾ ਨੁਸਖਾ ਹਾਜ਼ਰੇ ਖਿਦਮਤ ਹੈ। ਪਾਕਿਸਤਾਨ ਜ਼ਿੰਦਾਬਾਦ।